ਸਤਿ ਸ਼੍ਰੀ ਅਕਾਲ ਸਾਰੇ ਜਣੇ ਠੀਕ ਠਾਕ ਹੋਊਗੇ। ਸੌਰੀ ਯਾਰ, ਬਹੁਤ ਦਿਨਾਂ ਬਾਅਦ ਵਲੋਗਸ ਪਾਉਣ ਲੱਗਿਆ ਕਿਉਂਕਿ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਮੈਂ ਬਿਜ਼ੀ ਚੱਲ ਰਿਹਾ ਸੀ। ਓਨੈਸਟਲੀ ਨਾ ਮੈਂ ਕੰਮਾਂ ਦੇ ਵਿੱਚ ਲੋਟ ਆਫ ਕੁਛ ਇੱਦਾਂ ਦੀਆਂ ਨਵੀਆਂ ਚੀਜ਼ਾਂ ਕਰ ਰਿਹਾ ਹਾਂ ਜਿਹਦੇ ਵਿੱਚ ਮੈਂ ਬਹੁਤ ਜ਼ਿਆਦਾ ਬਿਜ਼ੀ ਸੀ, ਬਟ ਇਟਸ ਓਕੇ, ਕੋਈ ਗੱਲ ਨਹੀਂ, ਬੈਕ ਟੂ ਨੋਰਮਲ ਹੁਣ ਆਪਾਂ ਹੋ ਗਏ ਹਾਂ ਅਤੇ ਹੌਲੀ ਹੌਲੀ ਵਲੋਗਸ ਨੂੰ ਯਾਰ ਮੈਂ ਕੰਟੀਨਿਊ ਕਰੂੰਗਾ। ਥੋੜ੍ਹਾ ਬਹੁਤਾ ਜੇ ਵਲੋਗਸ ਨਾ ਪਾ ਹੋਏ ਤਾਂ ਯਾਰ ਆਈ ਐਮ ਸੋ ਸੋਰੀ ਫੋਰ, ਬਟ ਕੋਈ ਚੱਕਰ ਨਹੀਂ। ਹੁਣ ਤੁਸੀਂ ਵਲੋਗਸ ਨੂੰ ਸੇਮ ਜਿੱਦਾਂ ਤੁਸੀਂ ਪਹਿਲਾਂ ਪਿਆਰ ਦਿੰਦੇ ਆ ਉੱਦਾਂ ਹੀ ਦਿਓ, ਕਿਉਂਕਿ ਮੈਨੂੰ ਇੰਸਟਾਗ੍ਰਾਮ 'ਤੇ ਬਹੁਤ DMs ਆ ਰਹੇ ਸੀ ਕਿ ਕਦੋਂ ਵਲੋਗ ਆਊਗਾ, ਕਦੋਂ ਵਲੋਗ ਆਊਗਾ। ਬਾਈ ਤੁਸੀਂ ਕੰਟੀਨਿਊ ਕਿਉਂ ਨਹੀਂ ਕਰਦੇ, ਕੀ ਰੀਜ਼ਨ ਆ ਤੁਹਾਡਾ? ਬਸ ਯਾਰ ਰੀਜ਼ਨ ਤਾਂ ਕੁਛ ਨਹੀਂ, ਲਾਈਫ ਦੇ ਵਿੱਚ ਥੋੜ੍ਹਾ ਜਿਹਾ ਕੰਮਾਂ ਕਰਨ ਦੇ ਵਿੱਚ ਇੰਨਾ ਬਿਜ਼ੀ ਸੀ, ਕੁਛ ਨਵੇਂ ਕੰਮ ਦੇ ਵਿੱਚ ਕੁਛ ਸੀਗਾ ਬਿਜ਼ੀ ਮੈਂ, ਸੋ ਉਹਦੇ ਕਰਕੇ ਵਲੋਗਸ ਮੇਰੇ ਤੋਂ ਅਪਲੋਡ ਨਹੀਂ ਹੋਏ। ਪਲੱਸ ਇੱਕ ਨਵੀਂ ਲੋਕੇਸ਼ਨ 'ਤੇ ਵੀ ਮੂਵ ਹੋਇਆ ਆਹ ਵਿਊ ਦੇ ਵਿੱਚ, ਜਿਹੜਾ ਤੁਸੀਂ ਕਿਹਾ ਸੀ ਆਪਣੇ ਹੀ ਉੱਥੇ। ਜੇ ਤੁਸੀਂ ਗਏ ਜਿਹਦਾ ਪੂਰਾ ਅਪਾਰਟਮੈਂਟ ਵਲੋਗ ਵੀ ਦੇਖਣਾ ਚਾਹੁੰਦੇ ਆ ਤਾਂ ਉਹ ਵੀ ਤੁਹਾਨੂੰ ਮਿਲ ਜੂਗਾ, ਅਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਹੁਣ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਐਜ਼ ਯੂਜ਼ੂਅਲ ਜਿਹੜੀ ਡਿਮਾਂਡ ਹੁੰਦੀ ਆ ਗਰੋਸਰੀ ਵਲੋਗ, ਕਿਉਂਕਿ ਇਸ ਘਰ ਦੇ ਵਿੱਚ ਗਰੋਸਰੀ ਲਿਆਉਣ ਵਾਲੀ ਹੋਈ ਆ, ਸੋ ਲੈਟਸ ਗੋ ਗਰੋਸਰੀ ਲੈ ਕੇ ਆਉਂਦੇ ਹਾਂ। ਆਲਰੇਡੀ ਇੱਥੇ ਵਿਊ ਇੰਜੋਏ ਕਰ ਰਿਹਾ ਸੀ। ਨੈਕਸਟ ਵਲੋਗ ਤੁਹਾਨੂੰ ਇਸ ਏਰੀਏ ਦਾ ਬਾਰਬੀਕਿਊ ਲੋਕੇਸ਼ਨ ਵਾਲਾ ਵਲੋਗ ਮਿਲੂਗਾ, ਅਤੇ ਜਿੰਨੀ ਵਾਰੀ ਵੀ ਗਏ ਬਾਹਰ ਆਉਣਾ ਨਾ, ਸੀਰੀਅਸਲੀ ਮੈਨੂੰ ਇੱਕ ਗੱਲ ਦਾ ਭੁਲੇਖਾ ਹੁੰਦਾ ਕਿ ਕੀ ਭੁੱਲ ਤਾਂ ਨਹੀਂ ਗਿਆ ਅੰਦਰ, ਬਟ ਚਾਬੀ ਨਾਲ ਹੀ ਆ। ਵੀ ਤੁਹਾਨੂੰ ਪਤਾ ਘਰ ਦੇ ਵਿੱਚ ਜਦੋਂ ਤੁਸੀਂ ਇਕੱਲੇ ਰਹਿੰਦੇ ਹੋ ਨਾ, ਇੱਕ ਗੱਲ ਦੀ ਬਹੁਤ ਟੈਨਸ਼ਨ ਹੁੰਦੀ ਹੈ ਕਿ ਜੇ ਕੀ ਅੰਦਰ ਰਹਿ ਗਈ ਤਾਂ ਤੁਹਾਨੂੰ ਲੌਕਸਮਿਥ ਨੂੰ ਬੁਲਾਉਣਾ ਪੈਣਾ। ਅਤੇ ਨਾਲੇ ਵੈਸੇ ਵੀ ਗਾਇਜ਼ ਐਨਜ਼ੈਕ ਡੇ ਚੱਲ ਰਿਹਾ ਅੱਜ, ਐਨਜ਼ੈਕ ਡੇ ਆਸਟ੍ਰੇਲੀਆ ਦਾ, ਜਿੱਦਾਂ ਆਪਣੇ ਇੰਡੀਆ ਵਿੱਚ ਇੰਡੀਪੈਂਡੈਂਸ ਡੇ ਆ ਉਹਦੀ ਐਨਜ਼ੈਕ ਡੇ ਆ, ਪਬਲਿਕ ਹੋਲੀਡੇ ਚੱਲ ਰਹੀ ਆ। ਹੋਲੀਡੇ ਦੇ ਕਰਕੇ ਤੁਸੀਂ ਦੇਖ ਸਕਦੇ ਹਾਂ ਰੈਸਟੋਰੈਂਟਸ ਵੀ ਕਾਫੀ ਬਿਜ਼ੀ ਆ, ਉਹ ਵਾਲਾ ਰੋਜ਼ਲੀਅਮ ਥਾਈ ਰੈਸਟੋਰੈਂਟ ਕਾਫੀ ਬਿਜ਼ੀ ਸੀ ਪਬਲਿਕ ਹੋਲੀਡੇ ਦੇ ਕਰਕੇ ਅੱਜ। ਯਾਰ ਮੇਰਾ ਤਾਂ ਓਨੈਸਟਲੀ ਤੁਹਾਨੂੰ ਦਿਨ ਦੱਸਾਂਗਾ ਤਾਂ ਮੈਂ ਬਹੁਤ ਜ਼ਿਆਦਾ ਟਾਇਰਡ ਜਿਹਾ ਸੀ ਅੱਜ, ਮੈਂ ਕਿਤੇ ਨਹੀਂ ਗਿਆ। ਨੋਰਮਲੀ ਮੈਂ ਪਬਲਿਕ ਹੋਲੀਡੇ ਦੇ ਵਿੱਚ ਘੁੰਮਣ ਜਾਂਦਾ ਹੁੰਦਾ ਸੀ। ਸ਼ੋਪਿੰਗ ਸੈਂਟਰ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਆ ਕਾਫੀ ਖਾਣ ਪੀਣ ਨੂੰ ਦੁਨੀਆ ਹੈਗੀ ਆ। ਹਾਲੇ ਤਾਂ ਮੈਂ ਥੋੜ੍ਹਾ ਰਾਤ ਨੂੰ ਆਇਆ, ਸਵੇਰੇ ਤਾਂ ਕਾਫੀ ਭਰਿਆ ਹੋਣਾ ਸੀ। ਅੱਜ ਆਪਾਂ ਗਰੋਸਰੀ ਚੱਕਦੇ ਹਾਂ। ਉਸ ਤੋਂ ਬਾਅਦ ਯਾਰ ਜਿਹੜਾ ਤੁਹਾਨੂੰ ਇੰਟਰਨੈਸ਼ਨਲ ਟ੍ਰਿਪ ਗਿਆ ਆ ਉਹ ਥੋੜ੍ਹਾ ਜਿਹਾ ਮੇਰਾ ਪੋਸਟਪੋਨ ਹੋ ਗਿਆ ਕਿਸੇ ਕਰਕੇ, ਅਤੇ ਉਹ ਜਦੋਂ ਹੀ ਫਾਈਨਲਾਈਜ਼ ਹੁੰਦਾ ਆ ਅਤੇ ਉਸ ਤੋਂ ਬਾਅਦ ਤੁਹਾਨੂੰ ਉੱਥੇ ਮਿਲਦੇ ਹਾਂ। ਵਨ ਆਫ ਦਾ ਫੇਵਰੇਟ ਇੰਟਰਨੈਸ਼ਨਲ ਉਹ ਸਪੋਟ ਆ, ਚੱਲਦੇ ਹਾਂ ਕੋਈ ਨਹੀਂ, ਉਹ ਥੋੜ੍ਹਾ ਜਿਹਾ ਦੇਖਦੇ ਹਾਂ। ਜਿਹਨੇ ਮੇਰੇ ਨਾਲ ਜਾਣਾ ਆ ਤਾਂ ਉਹ ਥੋੜ੍ਹਾ ਜਿਹਾ ਫਰੈਂਡ ਥੋੜ੍ਹਾ ਜਿਹਾ ਬਿਜ਼ੀ ਆ, ਸੋ ਉਹ ਜਦੋਂ ਹੀ ਸੈਟਲਮੈਂਟ ਹੋ ਗਈ ਆ ਤਾਂ ਫਿਰ ਉੱਥੇ ਜਾ ਕੇ ਆਪਾਂ ਮਿਲਾਂਗੇ, ਫਨ ਸ਼ਨ ਕਰਾਂਗੇ, ਹਫ਼ਤੇ ਕੁ ਦਾ ਟ੍ਰਿਪ ਲਾਵਾਂਗੇ। ਬਟ ਇੱਥੋਂ ਇੰਨਾ ਦੱਸ ਦੇਣਾ, ਇੱਥੋਂ ਤੁਹਾਨੂੰ 17-18 ਘੰਟੇ ਦੀ ਪਲੇਨ ਦੇ ਵਿੱਚ ਫਲਾਈਟ ਆ। ਬਾਹਰੋਂ ਇੰਨਾ ਜ਼ਿਆਦਾ ਖਾ ਹੋ ਰਿਹਾ ਨਾ, ਹੁਣ ਮੈਂ ਸੋਚਦਾ ਕਿ ਓਨਲੀ ਹੈਲਦੀ ਗਰੋਸਰੀ ਕਰਨੀ ਆ, ਪੂਰੀ ਹੈਲਦੀ। ਸਭ ਤੋਂ ਪਹਿਲਾਂ ਲੈਂਦੇ ਹਾਂ ਆਪਾਂ ਪੇਅਰ, ਇਹਦਾ ਰੇਟ ਚੱਲਦਾ 250। ਇਹ ਪ੍ਰਾਈਜ਼ ਦੀ ਯਾਰ ਗਾਇਜ਼ ਮੈਂ ਤੁਹਾਨੂੰ ਤਾਂ ਦੱਸਦਾ ਹੁੰਦਾ ਕਿਉਂਕਿ ਹੋਰ ਕੰਟਰੀਜ਼ ਤੋਂ ਵੀ ਸਾਰੇ ਦੇਖਦੇ ਆ, ਇਹ ਵਾਰੀ ਉਹ ਸਾਰੇ ਪ੍ਰਾਈਜ਼ ਦੇਖਦੇ ਆ ਕਿ ਉੱਥੇ ਪ੍ਰਾਈਜ਼ ਕੀ ਚੱਲ ਰਿਹਾ, ਆਸਟ੍ਰੇਲੀਆ 'ਚ ਕੀ ਚੱਲ ਰਿਹਾ, ਸਾਡੇ ਕੀ ਚੱਲਦਾ। ਸੋ ਤਾਂ ਹੀ ਕਰਕੇ ਮੈਨੂੰ ਲੱਗਦਾ ਕਿ ਗਰੋਸਰੀ ਵਲੋਗਸ ਨੂੰ ਜ਼ਿਆਦਾ ਦੇਖਿਆ ਜਾਂਦਾ ਹੈ। ਅੱਜ ਤਾਂ ਸਾਰਾ ਦਿਨ ਇੰਨਾ ਲੇਜ਼ੀ ਸੀ ਨਾ ਮੇਰਾ, ਓਨੈਸਟਲੀ ਸਾਰਾ ਦਿਨ ਹੀ ਘਰ ਨਿਕਲ ਗਿਆ। ਸਵੇਰੇ ਜਦੋਂ ਮੈਂ ਮਾੜਾ ਕੋਲਸ ਆਇਆ ਸੀ ਇੰਨਾ ਕੁ ਜ਼ਿਆਦਾ ਬਿਜ਼ੀ ਸੀ ਕਿਉਂਕਿ ਅੱਜ ਗਰੋਸਰੀ ਸਟੋਰ ਇੱਥੇ 1 ਵਜੇ ਖੁੱਲ੍ਹੇ ਆ, ਨੋਰਮਲੀ 6 ਵਜੇ ਖੁੱਲ੍ਹ ਜਾਂਦੇ ਆ ਮੋਰਨਿੰਗ ਦੇ ਵਿੱਚ, ਸੋ 1 ਵਜੇ ਖੁੱਲ੍ਹਣ ਦਾ ਰੀਜ਼ਨ ਸੀ ਕਿ ਐਨਜ਼ੈਕ ਡੇ ਅੱਜ ਆਪਣੇ ਐਨਜ਼ੈਕ ਡੇ ਦੇ ਕਰਕੇ 1 ਵਜੇ ਖੁੱਲ੍ਹਿਆ, ਤਾਂ 1 ਵਜੇ ਬਹੁਤ ਹੀ ਜ਼ਿਆਦਾ ਬਿਜ਼ੀ ਸੀ ਅਤੇ ਮੈਂ ਹੁਣ ਰਾਤ ਨੂੰ ਆਇਆ। ਸੋ ਹੁਣ ਤਾਂ ਕੁਆਇਟ ਹੋ ਗਿਆ ਸਾਰਾ ਕੁਛ, ਹੁਣ ਆਪਾਂ ਲੈਂਦੇ ਯਾਰ ਮਸ਼ਰੂਮ। ਸਾਰੇ ਕਹਿੰਦੇ ਆ ਕਿ ਤੁਸੀਂ ਮਸ਼ਰੂਮ ਲਵਰ ਬਹੁਤ ਆ ਯਾਰ, ਹਾਂ ਮੈਂ ਯਾਰ ਮਸ਼ਰੂਮ ਲਵਰ ਓਨੈਸਟਲੀ ਬਹੁਤ ਆ। ਅਤੇ ਹੁਣ ਆਪਾਂ ਲੈਂਦੇ ਹਾਂ ਅਨੀਅਨਸ। ਅਨੀਅਨਸ ਦਾ ਪ੍ਰਾਈਜ਼ ਚੱਲ ਰਿਹਾ ਜੀ ਇੱਥੇ 290। ਵੈਸੇ ਤਾਂ ਇਹ ਸਾਰੀਆਂ ਚੀਜ਼ਾਂ ਇੰਡੀਅਨ ਸਟੋਰ ਤੋਂ ਲੈਣੀਆਂ ਚਾਹੀਦੀਆਂ, ਬਟ ਇੱਦਾਂ ਆ ਕਿ
ਇੰਡੀਅਨ ਸਟੋਰ ਯਾਰ ਹੁਣ ਜਾ ਨਹੀਂ ਹੋਇਆ, ਉਹਦਾ ਵੀ ਨੈਕਸਟ ਵਲੌਗ ਜੇ ਤੁਸੀਂ ਕਹਿੰਦੇ ਹਾਂ ਤਾਂ ਆਪਾਂ ਜਾ ਕੇ ਉੱਥੇ ਵੀ ਚੱਲ ਜਾਂਦੇ ਹਾਂ ਅਤੇ ਇੱਥੋਂ ਲੈਂਦੇ ਹਾਂ ਅਨੀਅਨਸ। ਗਾਰਲਿਕ ਇੰਡੀਅਨ ਸਟੋਰ ਤੋਂ ਲੈਂਦੇ ਹਾਂ, ਆਈ ਥਿੰਕ ਚੀਜ਼ਾਂ ਚੀਪ ਮਿਲਦੀਆਂ। ਜੇ ਤੁਸੀਂ ਜਿੰਜਰ ਵਗੈਰਾ ਇੱਥੋਂ ਲੈਂਦੇ ਹਾਂ ਤਾਂ ਇੱਥੇ ਦੇਖੋ ਜਿੰਜਰ ਦਾ ਪ੍ਰਾਈਜ਼ $27 ਪਰ ਕੇ ਜੀ ਆ। ਮੈਂ ਇੱਥੋਂ ਲੈ ਲੈਂਦਾ ਹੁੰਦਾ ਕਿਉਂਕਿ ਇੰਡੀਅਨ ਸਟੋਰ ਜਾ ਕੇ ਜਾਣਾ ਹੋਵੇ ਤਾਂ ਫਿਰ ਬਹੁਤ ਔਖਾ ਹੋ ਜਾਂਦਾ। ਬਨਾਨਾਸ ਕਿਸੇ ਟਾਈਮ ਦੇਖ ਲਓ $3 ਦੇ, $2.50 ਦੇ ਹੁੰਦੇ ਸੀ, ਹੁਣ $4.50 ਦੇ ਪਰ ਕਿਲੋ ਹੋ ਗਏ ਆ। ਦੇਖ ਲਓ ਇੰਡੀਆ ਦੇ ਵਿੱਚ ਬਨਾਨਾਸ ਪਰ ਡਜ਼ਨ ਮਿਲਦੇ ਆ ਅਤੇ ਇੱਥੇ ਤੁਸੀਂ ਦੇਖ ਲਓ ਪਰ ਕਿਲੋ ਦੇ ਹਿਸਾਬ ਨਾਲ ਮਿਲਦੇ ਆ। ਪਹਿਲਾਂ ਯਾਰ ਮੇਰੀ ਫਰਿੱਜ ਵੀ ਖਰਾਬ ਹੋ ਗਈ ਸੀ, ਉਹਦੇ ਕਰਕੇ ਜਿੰਨੀ ਗਰੋਸਰੀ ਆ ਸਾਰੀ ਮੈਨੂੰ ਸਿੱਟਣੀ ਪਈ। ਚਿਕਨ ਦੇ ਵਿੱਚ ਆਪਾਂ ਬੈਸਟ ਚਿਕਨ ਲੈਂਦੇ ਹਾਂ ਯਾਰ, ਆਹ ਇੰਗਲਵੁੱਡ ਦਾ ਔਰਗੈਨਿਕ ਚਿਕਨ, ਇਸ ਤੋਂ ਬਿਨਾਂ ਹੋਰ ਕੁਛ ਵਧੀਆ ਨਹੀਂ ਹੈਗਾ। ਔਰਗੈਨਿਕ ਬਹੁਤ ਵਧੀਆ ਚਿਕਨ ਹੈ, ਟਰਾਈ ਕਰਿਓ ਜੇ ਆਸਟ੍ਰੇਲੀਆ ਵਾਲੇ ਦੇਖ ਰਹੇ ਆ ਵਲੌਗ। ਇਹ ਪ੍ਰਾਈਜ਼ ਚੱਲ ਰਿਹਾ $30 ਆ ਪੂਰੇ ਹੋਲ ਚਿਕਨ ਦਾ, $28.85। ਵਾਲਨਟਸ ਤੁਹਾਨੂੰ ਅੱਜ ਦੱਸਦਾ ਇੱਥੇ ਨਟਸ ਦਾ ਕੀ ਪ੍ਰਾਈਜ਼ ਆ। ਵਾਲਨਟਸ ਦਾ ਹੈਗਾ ਪ੍ਰਾਈਜ਼ ਯਾਰ $25 ਦੇ ਕਿਲੋ। ਸੋ ਬਾਕੀ ਤੁਸੀਂ ਦੇਖੋ ਕਿ ਬਾਕੀ ਕੰਟਰੀਜ਼ ਦੇ ਵਿੱਚ ਕੀ ਪ੍ਰਾਈਜ਼ ਆ। ਸੋ ਆਲਮੋਸਟ ਜੇ ਤੁਹਾਡੇ ਸਾਰੇ ਨਟਸ ਦਾ ਮੈਂ ਐਵਰੇਜ ਤੁਹਾਨੂੰ ਦੱਸਾਂ ਨਾ, $20 to $30 ਦੇ ਵਿੱਚ ਵਿੱਚ ਪਰ ਕੇ ਜੀ ਆ। ਬਾਕੀ ਖੁੱਲ੍ਹੇ ਨਟਸ ਆ ਜਿੰਨੇ ਤੁਹਾਨੂੰ ਚਾਹੀਦੇ, ਜੇ ਤੁਸੀਂ ਵੀਕਲੀ ਗਰੋਸਰੀ ਕਰਦੇ ਹਾਂ, ਮੈਂ ਵੀਕਲੀ ਹੀ ਲੈਂਦਾ ਰਹਿੰਦਾ ਕਿਉਂਕਿ ਫਰੈਸ਼ ਫਰੈਸ਼ ਜਿੰਨਾ ਖਾਈ ਜਾਓ ਤਾਂ ਫਰੈਸ਼ ਚੀਜ਼ ਖਤਮ ਹੋ ਜਾਂਦੀ ਆ, ਫਿਰ ਉਹਦਾ ਟੇਸਟ ਵੀ ਖਰਾਬ ਨਹੀਂ ਹੁੰਦਾ। ਹੁਣ ਆਪਾਂ ਲੈਂਦੇ ਹਾਂ ਪੋਟੈਟੋਜ਼ ਵੀ, ਬ੍ਰਸ਼ ਪੋਟੈਟੋਜ਼ ਆਹ ਬੈਗ ਚੱਕਦੇ ਹਾਂ ਪੂਰਾ। ਯਾਰ ਮੈਨੂੰ ਕਈ ਕਮੈਂਟਸ ਆਉਂਦੇ ਆ ਕਹਿੰਦੇ ਤੂੰ ਕਿੰਨਾ ਖਾਂਦਾ ਆ। ਹੁਣ ਆਪਾਂ ਆਪਣੇ ਫੇਵਰੇਟ ਸੈਕਸ਼ਨ 'ਚ ਜਾ ਰਹੇ ਹਾਂ, ਡੈਲੀ ਸੈਕਸ਼ਨ। ਟਮਾਟਰ ਦਾ ਪ੍ਰਾਈਜ਼ ਚੱਲ ਰਿਹਾ ਹੈ $9 ਦੇ ਕਿਲੋ। ਇਹ ਫਲਕਚੁਏਟ ਹੁੰਦੇ ਰਹਿੰਦੇ ਆ ਉੱਪਰ ਥੱਲੇ, ਸੋ ਕਹਿ ਸਕਦੇ ਆ ਤੁਸੀਂ $5 to $10 ਦੇ ਵਿੱਚ ਵਿੱਚ ਪਰ ਕੇ ਜੀ ਟਮਾਟੋਜ਼ ਚੱਲਦੇ ਆ। ਡਿਪੈਂਡ ਕਿਹੜੇ ਵਰਾਇਟੀ ਦੇ ਟਮਾਟੋ ਲੈਣੇ ਆ, ਟਰੱਸਟ ਟਮਾਟੋਜ਼, ਗੋਰਮੈਟ, ਰੋਮਾ ਟਮਾਟੋਜ਼ ਐਂਡ ਆਲ ਦੈਟ। ਚੈਰੀ ਟਮਾਟੋਜ਼ ਤਾਂ ਚਲੋ ਸਮਾਲ ਹੁੰਦੇ ਆ। ਗਰੋਸਰੀ ਯਾਰ ਲੈ ਹੀ ਉਦੋਂ ਹੁੰਦੀ ਆ ਜਦੋਂ ਤੁਹਾਨੂੰ ਭੁੱਖ ਲੱਗੀ ਆ, ਜੇ ਤੁਸੀਂ ਖਾ ਪੀ ਕੇ ਆਉਂਦੇ ਆ ਫਿਰ ਤੁਹਾਡਾ ਗਰੋਸਰੀ ਇੰਨੀ ਬਾਏ ਕਰਨ ਦਾ ਮਨ ਨਹੀਂ ਕਰਦਾ। ਤਾਂ ਜਿੰਨਾ ਆ ਸਮਾਨ ਆ ਚੱਕ ਹੋਊਗਾ ਅੱਜ ਸਾਰਾ, ਜਿੰਨੀ ਭੁੱਖ ਆ ਉਹਦੇ ਹਿਸਾਬ ਨਾਲ ਹੀ ਚੱਕ ਹੋਊਗਾ। ਹੁਣ ਆਪਾਂ ਚੱਲਦੇ ਹਾਂ ਸਨੈਕ ਸੈਕਸ਼ਨ ਦੇ ਵਿੱਚ, ਪਹਿਲਾਂ ਸੱਚ ਦੁੱਧ ਲੈਣਾ ਹੈ। ਦੁੱਧ ਇੱਥੋਂ ਸਿੱਧਾ ਜਾਂਦੇ ਹਾਂ ਮਿਲਕ ਸੈਕਸ਼ਨ 'ਚ। ਬ੍ਰੈਡ ਆਪਾਂ ਲੈਂਦੇ ਹਾਂ ਹੋਲ ਮੀਲ, ਇੱਕ ਬ੍ਰੈਡ ਚੱਟਦੇ ਹਾਂ। ਯਾਰ ਤੁਹਾਨੂੰ ਨਾ ਜੇ ਗਰੋਸਰੀ ਵਲੌਗ ਇੰਨੇ ਵਧੀਆ ਲੱਗਦੇ ਆ, ਤੁਹਾਨੂੰ ਇੱਥੇ ਇੱਕ ਮਾਰਕੀਟ ਆ ਜਿੱਥੇ ਕਾਫੀ ਚੀਪ ਸਮਾਨ ਮਿਲਦਾ ਆ, ਉੱਥੇ ਸਿਡਨੀ ਮਾਰਕੀਟ ਵੀ ਲੈ ਕੇ ਜਾਊਂਗਾ। ਵੈਸੇ ਤੁਸੀਂ ਕਾਫੀ ਵਲੌਗ ਦੇਖੇ ਹੋਣਗੇ, ਬਟ ਤੁਹਾਨੂੰ ਮੈਂ ਕੁਝ ਡੀਟੇਲ ਦੀਆਂ ਉੱਥੇ ਇੱਦਾਂ ਚੀਜ਼ਾਂ ਦਿਖਾਊਂਗਾ। ਇੱਕ ਆਪਣਾ ਫਰੈਂਡ ਆ, ਉਹਦਾ ਉੱਥੇ ਨੋਨ ਆ, ਉਹਨਾਂ ਦਾ ਕੰਮ ਹੈਗਾ ਆ, ਸੋ ਉੱਥੇ ਮੈਨੂੰ ਕਹਿ ਰਿਹਾ ਸੀ ਇੱਕ ਵਾਰੀ ਆ ਕੇ ਅਤੇ ਇੱਥੇ ਜ਼ਰੂਰ ਆਈ ਵਿਜ਼ਿਟ ਕਰੀ। ਸੋ ਉੱਥੇ ਜਾ ਕੇ ਤੁਹਾਨੂੰ ਦਿਖਾਊਂਗਾ ਕਿ ਅੰਦਰ ਉਹ ਕਿੱਦਾਂ ਵਰਕ ਕਰਦੇ ਆ ਸਾਰਾ ਕੁਛ, ਕਿੱਥੋਂ ਸਮਾਨ ਲਿਆਉਂਦੇ ਆ, ਕਿੱਦਾਂ ਕਿੱਦਾਂ ਉੱਥੇ ਸਮਾਨ ਆਉਂਦਾ ਅਤੇ ਫਿਰ ਅੱਗੇ ਵਿਕਦਾ ਆ। ਜੇ ਉਹਦਾ ਵਲੌਗ ਵੀ ਚਾਹੀਦਾ ਤਾਂ ਕਮੈਂਟ ਕਰਕੇ ਦੱਸਿਓ। ਹੁਣ ਆਪਾਂ ਸਮਾਨ ਲੈ ਲਿਆ ਅਤੇ ਹੁਣ ਆਪਾਂ ਆ ਗਏ ਹਾਂ ਮਿਲਕ ਸੈਕਸ਼ਨ ਦੇ ਵਿੱਚ। ਐਗਸ ਜੇ ਚੱਕੀਏ ਯਾਰ, ਦੇਖ ਲਈਏ ਟੁੱਟੇ ਨਾ ਹੋਣ, ਨੋਰਮਲੀ ਇਹ ਟੁੱਟੇ ਹੁੰਦੇ ਆ। ਗੁੱਡ ਗੁੱਡ। ਸੋ ਐਗਸ ਰੱਖਦੇ ਹਾਂ ਇੱਥੇ। ਗਰੋਸਰੀ ਕਰਦੇ ਇੱਕ ਚੀਜ਼ ਬਹੁਤ ਨੋਟ ਕੀਤੀ ਆ ਮੈਂ, ਜਿੰਨੀ ਦੇਰ ਤੁਸੀਂ ਜੰਕ ਵੱਲ ਨਹੀਂ ਨਾ, ਜੰਕ ਫੂਡ ਵੱਲ ਜਾਂਦੇ, ਉੰਨੀ ਦੇਰ ਤੁਹਾਨੂੰ ਬਸ ਲੇਜ਼ੀ ਲੇਜ਼ੀ ਹੋ ਕੇ ਸਮਾਨ ਚੱਕਦੇ ਹਾਂ। ਯਾਰ ਗੱਲ ਇਹ ਆ, ਤੁਸੀਂ ਕਮੈਂਟ ਕਰਕੇ ਦੱਸਿਓ ਕਿ ਸਾਰਿਆਂ ਨਾਲ ਇੱਦਾਂ ਹੁੰਦਾ ਕਿ ਜਦੋਂ ਤੁਸੀਂ ਜੰਕ ਖਾਣ ਲੱਗ ਜਾਂਦੇ ਉਸ ਤੋਂ ਬਾਅਦ ਤੁਹਾਡਾ ਜੰਕ ਖਾਣ ਦਾ ਹੀ ਮਨ ਕਰਦਾ ਰਹਿੰਦਾ, ਉਸ ਤੋਂ ਬਾਅਦ ਹੈਲਦੀ ਫੂਡ ਸਵਾਦ ਹੀ ਨਹੀਂ ਲੱਗਦਾ, ਅਤੇ ਜਦੋਂ ਹੈਲਦੀ ਖਾਂਦੇ ਹਾਂ ਫਿਰ ਨੋਰਮਲ ਜਿਹਾ ਫੀਲ ਹੁੰਦਾ ਹੈ। ਇਹ ਜ਼ਰੂਰ ਮੈਨੂੰ ਦੱਸਿਓ ਯਾਰ, ਕਿਉਂਕਿ ਮੇਰੇ ਨਾਲ ਤਾਂ ਇੰਨਾ ਜ਼ਿਆਦਾ ਹੁੰਦਾ ਨਾ। ਉਹ ਆਹ ਔਰਗੈਨਿਕ ਓਟਸ ਆ, ਇਹ ਰੋਲਡ ਓਟਸ ਆ, ਆਈ ਥਿੰਕ
ਆਹ ਕੁਇਕ ਕੋਰਸ ਲੈਂਦੇ ਹਾਂ, ਆਹ ਵਾਲੇ ਔਰਗੈਨਿਕ ਆਹ ਗੁੱਡ ਆ, ਇਹਨੂੰ ਰੱਖਦੇ ਹਾਂ। ਆਲਮੰਡ ਐਂਡ ਕੋਕੋਨਟ ਮਿਲਕ ਹਾਈ ਇਨ ਕੈਲਸ਼ੀਅਮ, ਇਹਨੂੰ ਰੱਖਦੇ ਹਾਂ। ਇਹ ਤਾਂ ਇਹ ਤੁਹਾਨੂੰ ਦਿਖਾਉਂਦੇ 290 ਦੇ। ਯਾਰ ਇੱਕ ਗੱਲ ਮੈਨੂੰ ਕਈ ਵਾਰੀ ਸਮਝ ਨਹੀਂ ਲੱਗਦੀ, ਜਿਹੜੇ ਕੋਰਸ ਦੇ ਵਿੱਚ ਕੰਮ ਕਰਦੇ ਮੇ ਬੀ ਉਹਨਾਂ ਨੂੰ ਪਤਾ ਹੋਊਗਾ, ਜਿਹੜਾ ਟੈਗ ਲੱਗਾ ਹੁੰਦਾ ਆ ਆਹ ਤਾਂ ਦੇਖ ਲਓ ਸਹੀ ਆ, ਇੱਥੇ 290 ਦਾ ਅਤੇ $2 ਆ। ਕਈ ਵਾਰੀ ਇਹਦਾ ਪ੍ਰਾਈਸ ਸੇਮ ਹੁੰਦਾ। ਸੀਰੀਅਸਲੀ ਯਾਰ ਕਿ ਕਸਟਮਰ ਨੂੰ ਬੇਫਕੂ ਬਣਾਉਂਦੇ ਆ, ਇਹ ਜ਼ਰੂਰ ਮੈਨੂੰ ਦੱਸਿਓ। ਮੈਨੂੰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਕਿ ਇਹਨਾਂ ਨੇ ਜਿਹੜੇ ਟੈਗ ਲਾਏ ਨਾ ਉੱਦਾਂ ਹੀ ਲਾਏ ਹੁੰਦੇ ਬਸ ਬੇਫਕੂ ਬਣਾਉਣ ਲਈ। ਸਨੈਕਸ ਦੇ ਵਿੱਚ ਚੱਕਦੇ ਹਾਂ, ਹੁਣ ਆਪਾਂ ਲੈਂਦੇ ਹਾਂ ਯਾਰ ਪਾਣੀ। ਪਾਣੀ ਰੱਖਦੇ ਹਾਂ ਇੱਥੇ, ਪਾਣੀ ਦਾ ਉਹੀ ਪ੍ਰਾਈਜ਼ ਯਾਰ 470 10 liter। ਬਾਕੀ ਜੇ ਤੁਸੀਂ ਬੋਟਲਸ ਲੈਣੀ ਆ ਤੁਸੀਂ ਇੱਥੋਂ ਚੱਕ ਸਕਦੇ ਆ, ਕੋਈ ਵੀ ਆ, ਜਾਂ ਤਾਂ ਇਹ ਵੀ ਲੈ ਸਕਦੇ ਆ। ਜਾਂ ਥੋੜ੍ਹੀਆਂ ਜਿਹੀਆਂ ਫਰੋਜ਼ਨ ਚੀਜ਼ਾਂ ਵੀ ਲੈਣੀਆਂ। ਫਰੋਜ਼ਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਯਾਰ ਲੈਂਦੇ ਹਾਂ ਆਪਾਂ ਮਟਰ, ਇਹ ਰੱਖਦੇ ਹਾਂ। ਸੋ ਇਹ ਯਾਰ ਫਰੋਜ਼ਨ ਵੀ ਲੈ ਸਕਦੇ ਤੁਸੀਂ, ਫਰੈਸ਼ ਵੀ ਲੈ ਸਕਦੇ ਹਾਂ। ਫਰੈਸ਼ ਹੋਰ ਸਟੋਰਾਂ ਤੋਂ, ਇੰਡੀਅਨ ਸਟੋਰਾਂ ਤੋਂ ਮਿਲਦੇ ਆ, ਬਟ ਇੱਥੇ ਮੈਂ ਜ਼ਿਆਦਾ ਦੇਖੇ ਨਹੀਂ। ਸੋ ਇਹਦਾ ਦੇਖ ਲਓ ਆਹ ਅੱਧਾ ਕਿਲੋ $3.30 ਆ। ਇੱਕ ਆਪਾਂ ਆਹ ਲੈਂਦੇ ਹਾਂ ਯਾਰ, ਆਹ ਬਹੁਤ ਵਧੀਆ ਆ, ਆਲੂ ਦੀਆਂ ਟਿੱਕੀਆਂ ਬਬਲ ਸਕੂਇਕ, ਇਹਦਾ ਪ੍ਰਾਈਜ਼ ਹੈਗਾ $4.50। ਇਹ ਵਧੀਆ ਯਾਰ ਬ੍ਰੇਕਫਾਸਟ ਖਾਣ ਨੂੰ, ਮੈਨੂੰ ਵਧੀਆ ਲੱਗਦੇ ਆ। ਜ਼ਿਆਦਾਤਰ ਜਿਹੜੇ ਕਾਰਬਸ ਵਾਲੀਆਂ ਚੀਜ਼ਾਂ ਮੈਨੂੰ ਜ਼ਿਆਦਾ ਖਾਣੀਆਂ ਪਸੰਦ ਆ। ਸੋ ਅੱਗੇ ਚੱਲਦੇ ਹਾਂ ਆਪਾਂ। ਸੋ ਹੁਣ ਆ ਗਏ ਆਪਾਂ ਇੱਥੇ। ਜੇ ਨਾਨ ਵਗੈਰਾ ਇੰਡੀਅਨ ਸਮਾਨ ਲੈਣਾ, ਇੰਡੀਅਨ ਦੇ ਵਿੱਚ ਵੀ ਫਰੋਜ਼ਨ ਸਮਾਨ ਇੰਨਾ ਕੁ ਹੈਗਾ ਆ ਇੱਥੇ। ਬਾਕੀ ਇੰਡੀਅਨ ਸੈਕਸ਼ਨ ਉਹ ਉੱਥੇ ਬਣਿਆ ਵੀ ਹੋਇਆ, ਤੁਸੀਂ ਦੇਖ ਸਕਦੇ ਹਾਂ ਆਇਲ 5 ਦੇ ਵਿੱਚ ਇੰਡੀਅਨ ਸੈਕਸ਼ਨ ਆ, ਸੋ ਉੱਥੋਂ ਵੀ ਸਮਾਨ ਲੈ ਸਕਦੇ ਹਾਂ। ਬਟ ਜੇ ਤੁਸੀਂ ਫਰੋਜ਼ਨ ਲੈਣਾ ਆ, ਨਾਨ ਵਗੈਰਾ ਇੱਦਾਂ ਲੈਣੇ ਆ, ਤਾਂ ਤੁਸੀਂ ਇੱਥੋਂ ਵੀ ਚੱਕ ਸਕਦੇ ਹਾਂ। ਲੈਟਸ ਸੇ ਆਪਾਂ ਆਹ ਗਾਰਲਿਕ ਨਾਨ ਸਪੈਸ਼ਲ 'ਤੇ ਲੱਗੇ ਆ, ਆਹ ਚੱਕਦੇ ਹਾਂ। ਇਹ ਅੱਜ ਮੈਂ ਸੋਚਦਾ ਕਿ ਇਹ ਹੀ ਖਾਂਦੇ ਹਾਂ। ਜਿਹਨਾਂ ਨੂੰ ਯਾਰ ਕੁਕਿੰਗ ਨਹੀਂ ਕਰਨੀ ਆਉਂਦੀ, ਜੇ ਕੋਈ ਨਵਾਂ ਸਟੂਡੈਂਟ ਆ ਤਾਂ ਤੁਹਾਨੂੰ ਪਤਾ, ਵੈਸੇ ਤਾਂ ਸਾਰਿਆਂ ਨੂੰ ਪਤਾ ਹੁੰਦਾ, ਬਟ ਤੁਸੀਂ ਆਹ ਹੋਲ ਮੀਲ ਰੋਟੀ ਲੈ ਸਕਦੇ ਹਾਂ। ਇਹ ਤੁਸੀਂ ਆਰਾਮ ਨਾਲ ਇਹਨੂੰ ਤਵੇ 'ਤੇ ਬਣਾ ਕੇ ਵਧੀਆ, ਮਤਲਬ ਕੁਇਕ ਮੀਲ ਆ ਇਹ, ਜਿਹਨੂੰ ਕੁਕਿੰਗ ਨਹੀਂ ਕਰਨੀ ਆਉਂਦੀ। ਵੈਸੇ ਤਾਂ ਯਾਰ ਫਰੋਜ਼ਨ ਫੂਡ ਉੱਦਾਂ ਅਵੋਇਡ ਕਰਨਾ ਚਾਹੀਦਾ ਆ, ਕਿਉਂਕਿ ਲੌਂਗ ਟਰਮ ਹੈਲਥ ਲਈ ਵਧੀਆ ਨਹੀਂ ਆ, ਬਟ ਸਟਿਲ ਜੇ ਤੁਸੀਂ ਕਦੀ ਕਦਾਈ ਤਾਂ ਖਾਣਾ ਆ ਤਾਂ ਖਾ ਸਕਦੇ ਹਾਂ। ਸੋ ਆਪਾਂ ਡੀਓਡਰੈਂਟ ਲੈ ਲੈਂਦੇ ਹਾਂ ਇੱਕ ਫੋਰ ਡੇਲੀ ਪਰਪਸ। ਗਾਇਸ ਸਮਾਨ ਸੀ ਉਨਾ ਆਪਾਂ ਹੁਣ ਲੈ ਲਿਆ, ਗਰੋਸਰੀ ਹੋ ਗਈ ਆਪਣੀ ਸਾਰੀ ਡਨ। ਸੋ ਹੁਣ ਆਪਾਂ ਇਹਨੂੰ ਕਰਦੇ ਹਾਂ ਪੇ ਅਤੇ ਚੱਲਦੇ ਹਾਂ ਗਾਇਸ ਘਰ ਨੂੰ। ਸਾਰਾ ਸਮਾਨ ਲੈ ਲਿਆ ਅਤੇ ਗਰੋਸਰੀ ਕਰ ਦਿੱਤੀ ਪੇ। ਦੇਖ ਲਓ ਯਾਰ ਬਾਹਰਲੇ ਦੇਸ਼ਾਂ ਦੇ ਵਿੱਚ ਸਾਰੇ ਹੀ ਕੰਮ ਤੁਹਾਨੂੰ ਆਪ ਕਰਨੇ ਪੈਂਦੇ ਆ। ਸੋ ਗਰੋਸਰੀ ਆਪਣੀ ਡਨ ਹੋ ਗਈ ਆ ਅਤੇ ਹੁਣ ਆਪਾਂ ਇਹਨੂੰ ਲੈ ਕੇ ਚੱਲੀਏ ਉੱਪਰ। ਸਭ ਤੋਂ ਵਧੀਆ ਗੱਲ ਆ ਕਿ ਯਾਰ ਇਹਨੂੰ ਗਰੋਸਰੀ ਨੂੰ ਕਿਤੇ ਗੱਡੀ 'ਚ ਨਹੀਂ ਰੱਖਣਾ, ਕਿਤੇ ਨਹੀਂ ਰੱਖਣਾ, ਸਿੱਧਾ ਆਪਾਂ ਥੱਲੇ ਉੱਪਰ ਲਿਫਟ 'ਤੇ ਚਾੜ ਕੇ ਉੱਪਰ ਲੈ ਜਾਣੀ ਆ। ਸੋ ਬੈਸਟ ਚੀਜ਼ ਆ, ਚੱਕਣ ਦੀ ਲੋੜ ਹੀ ਨਹੀਂ ਤੁਹਾਨੂੰ। ਦੈਟਸ ਵਾਈ ਯਾਰ ਇੰਨੀ ਕਨਵੀਨੀਅੰਟ ਆ ਨਾ ਇਹ ਲੋਕੇਸ਼ਨ। ਸੋ ਦੈਟਸ ਵਾਈ ਹੀ ਆਪਾਂ ਇੱਥੇ ਰਹਿੰਦੇ ਹਾਂ। ਸੋ ਹੁਣ ਆਪਾਂ ਇਸ ਵਲੋਗ ਨੂੰ ਯਾਰ ਕਰਦੇ ਹਾਂ ਫਿਨਿਸ਼। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ
ਅਗਲੇ ਵਲੌਗ ਦੇ ਵਿੱਚ, ਅਤੇ ਅਗਲਾ ਵਲੌਗ ਤੁਹਾਨੂੰ ਹਿੰਟ ਦਿੰਦਾ ਉਹ ਬਾਰਬੀਕਿਊ ਵਾਲਾ ਹੋਊਗਾ। ਅਤੇ ਮਿਲਦੇ ਹੁਣ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।